ਸਾਡੇ ਪੰਜਾਬ ਦੀ ਸਮੱਸਿਆ ਹੈ ਕਿ ਹਰ ਸਾਲ ਫੇਲ ਹੋਈਦਾ ਤੇ ਕਿਤਾਬਾਂ ਫਿਰ ਪੇਪਰਾਂ ਤੋਂ ਇੱਕ ਦਿਨ ਪਹਿਲੇ ਲੈ ਕੇ ਆਈਦੀਆਂ। ਕਿਤਾਬਾਂ ਹੁਣੀ ਖੋਲ ਲਓ, ਹੁਣ ਕਿਤਾਬਾਂ ਖੋਲੂਗੇ ਤਾਂ ਅਗਲਾ ਸਾਲ ਬਚ ਜਾਊਗਾ, ਨਹੀਂ ਤਾਂ ਅਗਲੇ ਸਾਲ ਫਿਰ ਅੱਕਾ ਲੱਗਣੀ ਹੈ। ਰੱਬ ਦਾ ਵਾਸਤਾ, ਹੁਣ ਪੰਜਾਬ ਤੇ ਰਹਿਮ ਖਾਈਏ। ਕਹਿੰਦਾ ਇਹਦੀ ਮੈਨੂੰ ਵਰਤੋਂ ਦੱਸੋ, ਮੈਂ ਅੱਗ ਨਹੀਂ ਲਾਉਂਦਾ, ਮੈਨੂੰ ਵਰਤੋਂ ਦੱਸੋ ਕਰੂੰਗਾ ਕੀ ਇਹਦਾ ਮੈਂ। ਕਹਿੰਦੇ ਵਿਕਦੀ ਹੋਵੇ, ਕਹਿੰਦੇ ਇਹਦਾ ਕੋਈ ਇਸਤੇਮਾਲ ਹੁੰਦਾ ਤਾਂ ਮੈਂ ਤੁਹਾਨੂੰ ਮੇਰੇ ਕੋਲ ਚੱਕ ਕੇ ਲੈ ਜਾਓ, ਮੁਫਤ ਚੱਕ ਕੇ ਲੈ ਜਾਓ। ਤਾਂ ਜ਼ਿਮੀਂਦਾਰ ਦੇ ਕੋਲ ਇਲਾਜ ਕੋਈ ਨਹੀਂ, ਕੀ ਕਰੇ ਅਗਲਾ? ਹੈਪੀ ਸੀਡਰ ਜੇ ਆਪਾਂ 1000 ਕਰੋੜ ਲਾਤਾ, ਹੈਪੀ ਸੀਡਰ ਤਾਂ ਹੁਣ ਸਾਹਮਣੇ ਆਉਂਦਾ ਕਿ 6000 ਰੁਪਇਆ 5000 ਰੁਪਇਆ ਖਰਚਾ ਆਉਂਦਾ ਖੇਤ ਦਾ, ਕਿਹੜਾ ਜ਼ਿਮੀਂਦਾਰ ਬਰਦਾਸ਼ਤ ਕਰੂਗਾ? ਉਹਦੇ ਫਿਰ ਹੋਰ ਫਾਇਦੇ ਹੁੰਦੇ ਕਿ ਨਹੀਂ ਹੁੰਦੇ? ਫਿਊਲ ਹੀ ਇਹਦਾ ਅਲਟੀਮੇਟਲੀ ਹੱਲ ਹੈ। ਸਬਸਿਡੀਆਂ ਸਾਡੇ ਸਰਕਾਰ ਦਿੰਦੀ ਹੈ, ਮਾਲ ਚੱਕਣ ਨੂੰ ਮੈਂ ਤਿਆਰ ਹਾਂ, ਥਰਮਲ ਪਲਾਂਟ ਤਿਆਰ ਹੈ, ਟੈਕਨੋਲੋਜੀ ਸਾਡੇ ਕੋਲ ਅਪਰੂਵ ਹੋ ਗਈ ਹੈ, ਪਰਾਲੀ ਇਹਨਾਂ ਕੋਲ ਖੇਤਾਂ 'ਚ ਭਰੀ ਪਈ ਹੈ ਅਤੇ ਨਾ ਖੇਤਾਂ 'ਚ ਕੰਮ ਨਾ ਚੱਲਣ ਦਾ ਕਾਰਨ ਕੋਆਰਡੀਨੇਸ਼ਨ ਦੀ ਕਮੀ ਹੈ, ਹੋਰ ਕੋਈ ਕਮੀ ਨਹੀਂ ਹੈ। ਕਿੰਨੇ ਦੀ ਮਸ਼ੀਨ ਜਾਊਗੀ, ਕਿੰਨਾ ਖਰਚਾ ਕਿਸਾਨ ਨੂੰ ਦੇਣਾ ਪਏਗਾ, ਜੇਕਰ ਕੋਈ ਪਰਾਲੀ ਲੈ ਕੇ ਆਉਂਦਾ ਤਾਂ ਕਿਸਾਨ ਨੂੰ ਕੀ ਬਚੇਗਾ? ਤੁਸੀਂ ਇਕਾਨਮੀ ਜਾਣ ਲਓ, 25 ਟਨ ਦੀ ਮਸ਼ੀਨ ਲੱਗਣ ਦਾ ਮਤਲਬ ਹੈ, ਜਾਂ 30 ਟਨ ਰੋਜ਼ ਦਾ ਕੋਲਾ ਬਦਲਣ ਦਾ ਮਤਲਬ ਹੈ ਕਿ ਰੋਜ਼ ਦਾ ਸਾਡੇ ਕੋਲ 2 ਲੱਖ ਰੁਪਇਆ ਸਾਡੀ ਇਕਾਨਮੀ 'ਚ ਜੁੜ ਰਿਹਾ, ਪਿੰਡ ਦੀ ਇਕਾਨਮੀ 'ਚ ਜੁੜ ਰਿਹਾ। ਪੰਜਾਬ ਦੀ ਇਕੋਨਮੀ ਦੇ ਵਿੱਚ ਪੈਸਾ ਜੁੜੇਗਾ, ਸਭ ਦੀ ਜੇਬਾਂ 'ਚ ਜਦ ਕਹਿੰਦਾ ਮੀਂਹ ਪੈਂਦਾ ਨਾ, ਸਭ ਨੂੰ ਬਰਾਬਰ ਛਿੱਟਾਂ ਪੈਂਦੀਆਂ, ਕਿਸੇ ਨੂੰ ਘੱਟ ਕਿਸੇ ਨੂੰ ਵੱਧ। ਇੱਕ ਵਾਰੀ ਛਿੱਟ ਪੈਣ ਦਿਓ, ਸੋਕਾ ਦੂਰ ਹੋਊਗਾ ਤਾਂ ਸਭ ਨੂੰ ਛਿੱਟਾਂ ਪਊਗੀਆਂ। ਇਹੀ ਚੀਜ਼ ਕਿਤੇ ਬਾਹਰੋਂ ਬਣ ਕੇ ਆਈ ਹੁੰਦੀ ਤਾਂ ਬਹੁਤ ਪਸੰਦ ਕੀਤੀ ਜਾਂਦੀ ਸ਼ਾਇਦ, ਇਹੀ ਕਿਤੇ ਜਰਮਨੀ ਤੋਂ ਬਣ ਕੇ ਆ ਰਹੀ ਹੈ, ਯੂਰੋਪ ਤੋਂ ਆ ਰਹੀ ਹੈ, ਸਾਡੇ ਲੀਡਰ ਜਾਂ ਕੋਈ ਹੋਰ ਬਾਹਰ ਜਾ ਕੇ ਅਫਸਰ ਦੇਖ ਕੇ ਆਉਂਦੇ, ਮੈਂ ਟੈਕਨੋਲੋਜੀ ਦੇਖਿਆ ਹੈ, ਇਹਨਾਂ ਨੂੰ ਤਾਂ ਤਸੱਲੀ ਨਹੀਂ ਹੁੰਦੀ ਕਿ ਆਪਾਂ ਇੰਡੀਅਨ ਕਿੱਦਾਂ ਬਣਾ ਸਕਦੇ। ਮਸ਼ੀਨ ਬਣਾਉਣ 'ਚ ਜਾਣ ਲੱਗੀ ਆ, ਆਓ ਨਾਲ ਚੱਲੋ, ਮੈਂ ਇਕੱਲਾ ਨਹੀਂ ਕਰ ਸਕਦਾ, ਮੈਂ ਟੈਕਨੋਲੋਜੀ ਦੇ ਸਕਦਾ। ਪਰਾਲੀ ਦੀ ਚਰਚਾ ਇਸ ਵੇਲੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਹੋ ਰਹੀ ਹੈ। ਪ੍ਰਦੂਸ਼ਣ ਹਵਾ ਦੇ ਵਿੱਚ ਇੰਨਾ ਜ਼ਿਆਦਾ ਵੱਧ ਚੁੱਕਾ ਹੈ ਕਿ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਔਖਾ ਹੋ ਚੁੱਕਾ ਹੈ। ਪਰ ਸਵਾਲ ਇਹ ਹੈ ਕਿ ਹਰ ਸਾਲ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਸਮੱਸਿਆਵਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ, ਫਿਰ ਇਹਨਾਂ ਸਮੱਸਿਆਵਾਂ ਦਾ ਹੱਲ ਕਿਉਂ ਨਹੀਂ ਕੱਢਿਆ ਜਾਂਦਾ? ਸਰਕਾਰ ਔਰ ਖੇਤੀਬਾੜੀ ਮਾਹਰ ਬਹੁਤ ਸਾਰੇ ਸੁਝਾਅ ਦੱਸਦੇ ਨੇ ਕਿ ਪਰਾਲੀ ਨੂੰ ਖੇਤਾਂ ਦੇ ਵਿੱਚ ਵਾਹਿਆ ਜਾ ਸਕਦਾ, ਜਿਸ ਨੂੰ ਲੈ ਕੇ ਸਬਸਿਡੀ ਦਿੱਤੀ ਜਾ ਰਹੀ ਹੈ ਔਰ ਬਹੁਤ ਸਾਰੇ ਸੰਦ ਜਿਹੜੇ ਨੇ ਕਿਸਾਨਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਨੇ। ਪਰ ਕਿਸਾਨਾਂ ਦਾ ਤਰਕ ਹੈਗਾ ਕਿ ਜੇਕਰ ਇਹਨਾਂ ਸੰਦਾਂ ਦੇ ਨਾਲ ਖੇਤਾਂ ਦੇ ਵਿੱਚ ਪਰਾਲੀ ਵਾਹੁਣੀ ਹੈ ਤਾਂ ਬਹੁਤ ਜ਼ਿਆਦਾ ਖਰਚਾ ਆਉਂਦਾ, ਜਾਂ ਤਾਂ ਸਰਕਾਰ ਸਾਨੂੰ ਇਸ ਨੂੰ ਲੈ ਕੇ ਸਬਸਿਡੀ ਦੇਵੇ। ਤਾਂ ਇਸੇ ਵਿਚਕਾਰ ਤੁਹਾਨੂੰ ਇੱਕ ਹੋਰ ਹੱਲ ਦੱਸਦੇ ਹਾਂ ਕਿ ਜੇਕਰ ਪਰਾਲੀ ਨੂੰ ਅੱਗ ਲਗਾਉਣ ਤੋਂ ਬਚਾਉਣਾ ਤਾਂ ਇਸ ਤੋਂ ਇਲਾਵਾ ਹੋਰ ਕੀ ਹੱਲ ਹੈਗੇ ਨੇ? ਇਸ ਸਮੇਂ ਅਸੀਂ ਜਲੰਧਰ ਦੇ ਰਾਏਪੁਰ ਰਸੂਲਪੁਰ ਦੇ ਇੱਕ ਪਲਾਂਟ ਦੇ ਵਿੱਚ ਖੜ੍ਹੇ ਹਾਂ ਜਿੱਥੇ ਇੱਕ ਮਸ਼ੀਨ ਲੱਗੀ ਹੋਈ ਹੈ ਜੋ ਪਰਾਲੀ ਤੋਂ ਕੋਲਾ ਬਣਾਉਂਦੀ ਹੈ। ਤਾਂ ਮੇਰੇ ਪਿੱਛੇ ਤੁਹਾਨੂੰ ਇਹ ਮਸ਼ੀਨ ਨਜ਼ਰ ਆ ਰਹੀ ਹੈ, ਪਰਾਲੀ ਇਹਦੇ ਵਿੱਚ ਪਾਈ ਜਾ ਰਹੀ ਹੈ ਔਰ ਕੋਲਾ ਬਣ ਕੇ ਜਿਹੜਾ ਇਹਦੇ ਵਿੱਚੋਂ ਬਾਹਰ ਆ ਰਿਹਾ। ਤਾਂ ਕਿਸਾਨ ਜੇਕਰ ਪਰਾਲੀ ਲੈ ਕੇ ਆਉਣ ਤਾਂ ਇਸ ਮਸ਼ੀਨ ਦੇ ਜ਼ਰੀਏ ਇਸ ਨੂੰ ਕੋਲਾ ਬਣਾਇਆ ਜਾ ਸਕਦਾ, ਤਾਂ ਜਿੱਥੇ ਪਰਾਲੀ ਨੂੰ ਅੱਗ ਲਗਾਉਣ ਤੋਂ ਬਚਾਇਆ ਜਾ ਸਕਦਾ ਤਾਂ ਉੱਥੇ ਹੀ ਕਿਸਾਨਾਂ ਨੂੰ ਇਹਦਾ ਫਾਇਦਾ ਵੀ ਹੋਵੇਗਾ, ਕਿਸਾਨਾਂ ਨੂੰ ਪਰਾਲੀ ਦੇ ਪੈਸੇ ਵੀ ਮਿਲਣਗੇ। ਤਾਂ ਦੇਖੋ ਤੁਸੀਂ ਕਿਵੇਂ ਪਰਾਲੀ ਦੇ ਨਾਲ ਜਿਹੜਾ ਉਹ ਕੋਲਾ ਬਣ ਕੇ ਤਿਆਰ ਹੋ ਰਿਹਾ, ਤਾਂ ਇਹ ਮਸ਼ੀਨ ਦੇ ਨਾਲ ਜਿਹੜਾ ਇਹ ਸਾਰਾ ਕੰਮ ਹੋ ਰਿਹਾ। ਤਾਂ ਇਸ ਤਰੀਕੇ ਦੀਆਂ ਮਸ਼ੀਨਾਂ ਜੇਕਰ ਪਿੰਡਾਂ ਦੇ ਵਿੱਚ ਲੱਗ ਜਾਣ ਤਾਂ ਪਰਾਲੀ ਨੂੰ ਜਿਹੜਾ ਅੱਗ ਲਗਾਉਣ ਤੋਂ ਬਚਾਇਆ ਜਾ ਸਕਦਾ। ਤਾਂ ਮੇਰੇ ਨਾਲ ਅਜੇ ਪਲਟਾ ਮੌਜੂਦ ਹੈਗੇ ਨੇ ਜਿਨ੍ਹਾਂ ਦੇ ਵੱਲੋਂ ਇਹ ਮਸ਼ੀਨ ਤਿਆਰ ਕੀਤੀ ਗਈ ਹੈ। ਤਾਂ ਸਭ ਤੋਂ ਪਹਿਲਾਂ ਸਵਾਗਤ ਜਗਮਣੀ ਦਾ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਅੱਛਾ, ਮੈਂ ਚਾਹੁੰਦਾ ਕਿ ਸਭ ਤੋਂ ਪਹਿਲਾਂ ਤਾਂ ਇਹ ਮਸ਼ੀਨ ਬਾਰੇ ਥੋੜ੍ਹਾ ਜਿਹਾ ਜਾਣਕਾਰੀ ਦਿਓ ਕਿ ਇਹ ਮਸ਼ੀਨ ਹੈ ਕੀ ਔਰ ਕਿਵੇਂ ਕੰਮ ਕਰਦੀ ਹੈ। ਮੈਂ ਮਸ਼ੀਨ ਦੀ ਗੱਲ ਤਾਂ ਆਪਾਂ ਕਰਦੇ ਪਏ ਹਾਂ, ਤੁਸੀਂ ਹੁਣੇ ਜ਼ਿਕਰ ਕਰ ਰਹੇ ਸੀਗੇ ਕਿ ਇਹਨਾਂ ਦਿਨਾਂ 'ਚ ਹਰ ਸਾਲ ਆਪਣੇ ਕੋਲ ਸਮੱਸਿਆ ਸ਼ੁਰੂ ਹੋ ਜਾਂਦੀ ਹੈ, ਹਾਈ ਸੁਪਰੀਮ ਕੋਰਟ ਬੋਲ ਰਿਹਾ, ਸਰਕਾਰ ਬੜੀ ਐਕਟਿਵ ਹੈ, ਅਫਸਰ ਸਾਹਿਬਾਨ ਬੜੇ ਐਕਟਿਵ ਹੈ, ਹਰ ਪਾਸੇ ਟੈਕਨੋਕ੍ਰੇਟ। ਮੈਂ ਤੁਹਾਡੇ ਰਾਹੀਂ ਇਹ ਗੱਲ ਇਹਨਾਂ ਅਫਸਰਾਂ ਤੇ ਇਹਨਾਂ ਲੋਕਾਂ ਤੇ ਪਹੁੰਚਾਉਣਾ ਚਾਹੁੰਦਾ, ਇੰਪਲੀਮੈਂਟ ਏਜੰਸੀਜ਼ ਤੱਕ, ਗੌਰਮੈਂਟ ਤੱਕ ਪਹੁੰਚਾਉਣਾ ਚਾਹੁੰਦਾ ਕਿ ਜਿਹੜੀ ਐਕਟੀਵਿਟੀ ਇਹਨਾਂ ਦਿਨਾਂ 'ਚ ਚੱਲਦੀ ਪਈ ਹੈ, ਜੇ ਸਾਰਾ ਸਾਲ ਚੱਲਦੀ ਹੋਵੇ ਤਾਂ ਸਮੱਸਿਆ ਕਦੀ ਆਵੇ ਨਾ। ਇੱਧਰ ਨਵੰਬਰ ਮੁੱਕਣਾ ਤਾਂ ਤੁਸੀਂ ਪਰਾਲੀ ਭੁੱਲ ਜਾਣੀ ਹੈ। ਕੋਈ ਉਹ ਨਿਆਣਾ ਜਿਹੜਾ ਪੇਪਰਾਂ ਦਿਨਾਂ 'ਚ ਕਿਤਾਬਾਂ ਲੈ ਕੇ ਆਉਂਦਾ, ਕਦੀ ਪਾਸ ਨਹੀਂ ਹੁੰਦਾ। ਅਤੇ ਸਾਡੇ ਪੰਜਾਬ ਦੀ ਸਮੱਸਿਆ ਹੈ ਕਿ ਹਰ ਸਾਲ ਫੇਲ ਹੋਈਦਾ,
ਤੇ ਕਿਤਾਬਾਂ ਫਿਰ ਪੇਪਰਾਂ ਤੋਂ ਇੱਕ ਦਿਨ ਪਹਿਲੇ ਲੈ ਕੇ ਆਈ ਦੀਆਂ। ਕਿਤਾਬਾਂ ਹੁਣੇ ਖੋਲ ਲਓ, ਹੁਣ ਕਿਤਾਬਾਂ ਖੋਲੋਗੇ ਤਾਂ ਅਗਲਾ ਸਾਲ ਬਚ ਜਾਊਗਾ, ਨਹੀਂ ਤਾਂ ਅਗਲੇ ਸਾਲ ਫਿਰ ਅੱਗਾ ਲੱਗਣੀ ਹੈ। ਰੱਬ ਦਾ ਵਾਸਤਾ, ਹੁਣ ਪੰਜਾਬ 'ਤੇ ਰਹਿਮ ਖਾਈਏ ਤਾਂ ਕੋਈ ਟੈਕਨੋਲੋਜੀ ਕੋਈ ਸਿਸਟਮ ਲੈ ਕੇ ਆ ਕੇ ਉਹਨੂੰ ਕਿਸੇ ਵਰਤੋਂ 'ਚ ਲੈ ਕੇ ਆਈਏ। ਕਿਹੜੀ ਐਸੀ ਸਮੱਸਿਆ ਜਿਹਦਾ ਹੱਲ ਕੋਈ ਨਹੀਂ? ਹੁਣ ਆਪਾਂ ਅੱਗੇ ਗੱਲ ਕਰਦੇ, ਤੁਸੀਂ ਮਸ਼ੀਨ ਬਾਰੇ ਮੇਰੇ ਕੋਲ ਪੁੱਛ ਰਹੇ ਸੀ, ਇਹ ਪਰਾਲੀ ਦੇ ਬਾਰੇ ਆਪਾਂ ਜਦੋਂ ਗੱਲ ਕਰਦੇ ਤੁਹਾਨੂੰ ਅੱਗੇ ਵੀ ਗੱਲ ਕਰਦਾ, ਵੇਅਰ ਦੇਰ ਇਜ਼ ਫਾਇਰ ਦੇਰ ਵਾਜ਼ ਸਮ ਫਿਊਲ। ਇੱਕ ਤੀਲੀ ਲੱਗਦੀ ਹੈ ਤਾਂ ਸਾਰਾ ਖੇਤ ਫੁੱਕ ਜਾਂਦਾ। ਇੱਕ ਤੀਲੀ ਦੀ ਲੋੜ ਹੁੰਦੀ ਹੈ ਸਾਨੂੰ, ਉਸ ਤੋਂ ਬਾਅਦ ਸਾਰਾ ਪਰਾਲੀ ਨਜ਼ਰ ਨਹੀਂ ਆਉਂਦੀ। ਤਾਂ ਕਿੱਡੀ ਕੁ ਫਿਊਲ ਹੀ ਸੀ ਨਾ ਜਦੋਂ ਅੱਗ ਲੱਗਦੀ ਪਈ ਹੈ, ਇੱਕ ਬਾਲਣ ਜਿਹਨੂੰ ਅੱਗ ਲੱਗਦੀ ਪਈ ਹੈ ਉਹਨੂੰ ਵਰਤੋਂ ਯੋਗ ਲੈ ਕੇ ਆਉਂਦੀ ਗੱਲ ਹੈ। ਪਰਾਲੀ ਇਹਦਾ ਖਲਾਰ ਇੰਨਾ ਜ਼ਿਆਦਾ ਹੁੰਦਾ, ਉਹਦੀ ਡੈਂਸਟੀ ਇੰਨੀ ਘੱਟ ਹੁੰਦੀ, ਉਹਨੂੰ ਆਪਾਂ ਬਾਇਲਰ 'ਚ ਨਹੀਂ ਵਰਤ ਸਕਦੇ। ਬਟ ਜੇ ਉਹਨੂੰ ਕੋਲੇ 'ਚ ਕਨਵਰਟ ਕਰਕੇ ਡੈਂਸਟੀ ਵਧਾ ਦਈਏ, ਉਹਦੀ ਬਲਨ ਸ਼ਕਤੀ ਨੂੰ ਵਰਤਿਆ ਜਾ ਸਕਦਾ। ਇੱਕ ਬੜਾ ਵੱਡਾ ਪੋਟੈਂਸ਼ੀਅਲ ਹੈ। 2 ਕਰੋੜ ਟਨ ਸਾਡੇ ਪਰਾਲੀ ਡਿੱਗਦੀ ਹੈ ਹਰ ਸਾਲ 2 ਕਰੋੜ ਟਨ। ਅਤੇ ਸਾਡਾ ਜਿਹੜਾ ਪੰਜਾਬ ਦੇ ਬੋਇਲਰਸ ਦਾ ਜਿਹੜਾ ਖਰਚਾ, ਜਿਹੜਾ ਥਰਮਲ ਪਲਾਂਟ ਹੈ, ਇਹੀ ਸੋਚੋ ਕਿ 2 ਕਰੋੜ ਟਨ ਸਾਲਾ ਜਿਹੜਾ ਕੋਲਾ ਹੈ ਇੰਪੋਰਟ ਬੰਦ ਹੋ ਜਾਊਗਾ ਜੇ ਅਸੀਂ ਪਰਾਲੀ ਨੂੰ ਆਪਾਂ ਵਰਤ ਲਈਏ। ਜਿਹੜਾ ਅਸੀਂ ਬਾਹਰੋਂ ਕੋਲਾ ਮੰਗਵਾਉਂਦੇ ਪਏ ਨਾ, ਇੱਕ ਪਾਸੇ ਕੋਲਾ ਬਾਹਰੋਂ ਮੰਗਵਾ ਕੇ ਆਪਣੇ ਥਰਮਲ ਪਲਾਂਟਾਂ 'ਚ ਵਰਤਦੇ ਹਾਂ, ਇੱਕ ਪਾਸੇ ਆਪਣਾ ਜਿਹੜਾ ਫਿਊਲ ਹੈਗਾ ਉਹ ਖੇਤਾਂ 'ਚ ਫੂਕ ਦੇਈਦਾ। ਤੁਸੀਂ ਆਪੇ ਅੰਦਾਜ਼ਾ ਲਾ ਲਓ ਕਿ 2 ਕਰੋੜ ਟਨ ਕੋਲਾ ਕਿੰਨੇ ਦਾ ਬਣਦਾ। ਇੱਕ ਇਹਨੂੰ ਦੇਖਿਆ ਜਾਵੇ 20,000 ਕਰੋੜ ਦਾ ਆਪਣਾ ਕੋਲਾ ਬਣ ਜਾਂਦਾ ਜੇ ਇਹਨੂੰ ਕੋਲੇ 'ਚ ਕਨਵਰਟ ਕਰ ਦਈਏ ਤਾਂ। ਇੰਨਾ ਪੋਟੈਂਸ਼ੀਅਲ ਹੈਗਾ ਜਿਹੜਾ ਤੁਹਾਡੇ ਪੰਜਾਬ ਦੀ ਇਕੋਨਮੀ ਬਦਲ ਦਿੰਦਾ, ਕਪੈਸਿਟੀ ਰੱਖਦਾ। ਕੋਲੇ ਦਾ ਸਬਸਟੀਚਿਊਟ ਹੈ, ਕੋਲਾ ਬਣ ਸਕਦਾ, ਐਸੇ ਮਸ਼ੀਨ ਨਾਲ ਕੋਲਾ ਬਣਨਾ। ਇਹ ਉਹੀ ਪ੍ਰੋਸੈਸ ਹੈ ਜਿਹੜਾ ਧਰਤੀ ਦੇ ਥੱਲੇ ਹੁੰਦਾ। ਇਸ ਪ੍ਰੋਸੈਸ, ਇਸ ਮਸ਼ੀਨ ਦੇ ਵਿੱਚ ਅਸੀਂ 300 ਡਿਗਰੀ ਤਾਈਂ ਜਦੋਂ ਪਰਾਲੀ ਨੂੰ ਗਰਮ ਕਰੀਦਾ, ਗਰਮ ਕਰਕੇ ਉਹ ਟੁੱਟ ਜਾਂਦੀ ਹੈ, ਟੁੱਟ ਕੇ ਪੁਰਾਣਾ ਸੜ ਕੇ ਕੋਲੇ ਦੀ ਫੋਮ 'ਚ ਆ ਜਾਂਦੀ ਹੈ। ਇਹ ਉਹੀ ਪ੍ਰੋਸੈਸ ਹੈ ਜੋ ਧਰਤੀ ਦੇ ਥੱਲੇ ਕੋਲਾ ਬਣਾਉਣ ਦਾ ਹੁੰਦਾ। ਬਾਇਓਮਾਸ ਥੱਲੇ ਜਬ ਦੱਬਿਆ ਹੁੰਦਾ, ਟੈਂਪਰੇਚਰ ਮਿਲਦਾ, ਪ੍ਰੈਸ਼ਰ ਮਿਲਦਾ ਅਤੇ ਕੋਲੇ 'ਚ ਕਨਵਰਟ ਹੋ ਜਾਂਦਾ। ਇਹ ਮਸ਼ੀਨ ਹਰ ਪਿੰਡ ਦੇ ਵਿੱਚ ਲੱਗ ਜਾਵੇ ਤਾਂ ਤੁਹਾਡੀ ਸਾਰੀ ਸਮੱਸਿਆ ਖਤਮ ਹੋ ਜਾਂਦੀ। ਪਿੰਡਾਂ ਪਿੰਡਾਂ 'ਚ ਮਸ਼ੀਨ ਪਹੁੰਚ ਜਾਵੇ ਤਾਂ ਤੁਹਾਡੀ ਜਿੰਨਾ ਆਪਣਾ ਸਮੱਸਿਆ ਖਤਮ ਹੋ ਸਕਦੀ ਹੈ। ਕਹਿਣਾ ਕਿ ਜੇਕਰ ਐਡਾ ਸੌਖਾ ਇਹ ਹੱਲ ਹੈਗਾ, ਇਹ ਮਸ਼ੀਨਾਂ ਹੈਗੀਆਂ ਤਾਂ ਫਿਰ ਪਿੰਡਾਂ ਪਿੰਡਾਂ ਦੇ ਵਿੱਚ ਅਜੇ ਤੱਕ ਲੱਗੀਆਂ ਕਿਉਂ ਨਹੀਂ? ਦੇਖੋ ਭਾਈ ਸਾਹਿਬ, ਮੈਂ ਇਹਦੇ ਬਾਰੇ ਇੱਕ ਗੱਲ ਸਪਸ਼ਟ ਕਰਾਂ ਕਿ ਇਹ ਮਸ਼ੀਨਾਂ ਹਜੇ ਹੈ ਨਹੀਂ ਗੀਆਂ। ਸਬਸਟੀਚਿਊਟ ਸਾਡੇ ਕੋਲ, ਅਸੀਂ ਵਿਦੇਸ਼ੀ ਜਿਹੜੀਆਂ ਟੈਕਨੋਲੋਜੀਆਂ ਜਾਂ ਕੋਈ ਚੱਲਦੀ ਹੈ ਜੀ ਫਲਾਨੀ ਚੀਜ਼ ਬੂਰੇ 'ਤੇ ਚੱਲਦੀ, ਉਹਨੂੰ ਵਰਤ ਲਈਏ, ਬਰਾਊਨ ਪੈਲਟ ਬਣਾ ਲਈਏ, ਬ੍ਰਿਕਟਸ ਬਣਾ ਲਈਏ। ਤੁਹਾਨੂੰ ਪਹਿਲਾਂ ਤਾਂ ਮੈਂ ਪਰਾਲੀ ਦਾ ਦੱਸ ਦੇਵਾਂ ਕਿ ਹਜੇ ਤਾਂ ਜਿਹੜਾ ਡਾਟਾ ਸਾਨੂੰ ਮਿਲਦਾ ਕਿ ਜੇ ਆਪਾਂ ਕਹੀਦਾ 2 ਕਰੋੜ ਟਨ ਜਾਂ 20 ਮਿਲੀਅਨ ਟਨ ਸਾਡੇ ਅੰਦਰ ਪਰਾਲੀ ਡਿੱਗਦੀ ਹੈ। ਸਰਕਾਰ ਕਹਿੰਦੀ ਹੈ ਕਿ 10 ਮਿਲੀਅਨ ਟਨ ਦਾ ਸਾਡੇ ਕੋਲ ਇਲਾਜ ਕੋਈ ਨਹੀਂ, ਉਹ ਕਿਸੇ ਵਰਤੋਂ 'ਚ ਨਹੀਂ ਆਉਂਦੀ। 6 ਮਿਲੀਅਨ ਟਨ ਜਾਂ 60 ਲੱਖ ਟਨ ਜਿਹੜੀ ਹੈਗੀ ਆ ਉਹ ਸਾਡੀ ਜਿਹੜੀ ਹੈਗੀ ਆਪਾਂ ਮੰਨਦੇ ਹਾਂ ਕਿ ਜ਼ਮੀਨ ਦੇ ਵਿੱਚ ਇਹਨਾਂ ਨੇ ਮਲਚਿੰਗ ਕਰਤੀ ਆ, ਹੈਪੀ ਸੀਡਰ ਵਰਤ ਲਿਆ, ਜ਼ਮੀਨ ਦੇ ਵਿੱਚ ਹੀ ਪਈ ਹੈ। 2.5 ਮਿਲੀਅਨ ਟਨ ਜਿਹੜੀ ਹੈਗੀ ਆ, 25 ਲੱਖ ਟਨ ਆਪਾਂ ਮੰਨਦੇ ਹਾਂਗੇ ਕਿ ਆ ਜਾਨਵਰਾਂ ਨੇ ਖਾ ਲਈ ਹੈ। ਲੈ ਦੇ ਕੇ 1 ਮਿਲੀਅਨ ਟਨ ਸਾਡੇ ਪਰਾਲੀ ਵਰਤੋਂ 'ਚ ਆਉਂਦੀ ਹੈ, ਉਹ ਸਾਡੇ ਥਰਮਲ ਪਲਾਂਟ, ਸਾਡੇ ਪਸ਼ੂ ਆਪਣਾ ਕਾਗਜ਼ ਪਲਾਂਟ, ਸਾਡੇ ਹੋਰ ਸਾਰੀ ਇੰਡਸਟਰੀ ਮਿਲ ਮਿਲਾ ਕੇ 1 ਮਿਲੀਅਨ ਟਨ। 10 ਲੱਖ ਟਨ ਤੋਂ 5% ਵੀ ਹਜੇ ਨਹੀਂ ਵਰਤ ਰਹੀ ਪਰਾਲੀ, ਅਤੇ 95% ਪਰਾਲੀ ਤੁਹਾਡੀ ਵਰਤੋਂ 'ਚ ਕੋਈ ਨਹੀਂ, ਜਿਹਦਾ ਇਸਤੇਮਾਲ ਕੋਈ ਨਹੀਂ। ਜ਼ਿਮੀਦਾਰ ਮੈਨੂੰ ਦੱਸੋ, ਬੜਾ ਜ਼ਿਮੀਦਾਰ ਜੀ ਇੱਥੇ ਬੰਦ ਕਰ ਦਿਓ, ਜ਼ਿਮੀਦਾਰ ਲਗਾਉਂਦਾ, ਮੈਨੂੰ ਦੱਸੋ ਇੱਕ ਜ਼ਿਮੀਦਾਰ ਨਹੀਂ ਮੈਨੂੰ ਮਿਲਿਆ ਜਿਹੜਾ ਲਾਉਣਾ ਚਾਹੁੰਦਾ ਅੱਗ। ਸਮੱਸਿਆ ਜ਼ਿਮੀਦਾਰ ਦਾ, ਕਹਿੰਦਾ ਇਹਦੀ ਮੈਨੂੰ ਵਰਤੋਂ ਦੱਸੋ, ਮੈਂ ਅੱਗ ਨਹੀਂ ਲਾਉਂਦਾ, ਮੈਨੂੰ ਵਰਤੋਂ ਦੱਸੋ ਕਰੂੰਗਾ ਕੀ ਇਹਦਾ ਮੈਂ। ਕਹਿੰਦੇ ਵਿਕਦੀ ਹੋਵੇ, ਕਹਿੰਦੇ ਇਹਦਾ ਕੋਈ ਇਸਤੇਮਾਲ ਹੁੰਦਾ ਹੋਵੇ, ਮੈਂ ਤਾਂ ਮੇਰੇ ਕੋਲ ਚੱਕ ਕੇ ਲੈ ਜਾਓ, ਮੁਫਤ ਚੱਕ ਕੇ ਲੈ ਜਾਓ। ਤਾਂ ਜ਼ਿਮੀਦਾਰ ਦੇ ਕੋਲ ਇਲਾਜ ਕੋਈ ਨਹੀਂ, ਕੀ ਕਰੇ ਅਗਲਾ? ਖਰਚਾ ਕਿੱਥੇ ਦਾ ਹੀ ਕਰੇ? ਖਰਚਾ ਕਰਕੇ ਵੀ ਇਲਾਜ ਕੋਈ ਨਹੀਂ, ਖਰਚਾ ਕਰਕੇ ਇਕੱਠੀ ਕਰਕੇ ਕੀ ਕਰੇ ਇਹਦਾ? ਜਦੋਂ ਤੋਂ ਸਰਕਾਰ ਇਹਨਾਂ ਵੱਲ ਇੰਟਰਸਟ ਨਹੀਂ ਲੈਂਦੀ, ਇਹਨੂੰ ਫਿਊਲ ਵੱਲ ਨਹੀਂ ਲੈ ਕੇ ਜਾਂਦੀ। ਹੈਪੀ ਸੀਡਰਾਂ 'ਚ ਆਪਾਂ 1,000 ਕਰੋੜ ਲਾਤਾ, ਹੈਪੀ ਸੀਡਰ ਦਾ ਹੁਣ ਸਾਹਮਣੇ ਆਉਂਦਾ 6,000 ਰੁਪਇਆ 5,000 ਰੁਪਇਆ ਖਰਚਾ ਆਉਂਦਾ ਖੇਤ ਦਾ, ਕਿਹੜਾ ਜ਼ਿਮੀਦਾਰ ਬਰਦਾਸ਼ਤ ਕਰੂਗਾ? ਉਹਦੇ ਫਿਰ ਹੋਰ ਫਾਇਦੇ ਹੁੰਦੇ ਕਿ ਨਹੀਂ ਹੁੰਦੇ? ਫਿਊਲ ਹੀ ਇਹਦਾ ਅਲਟੀਮੇਟਲੀ ਹੱਲ ਹੈ। ਫਿਊਲ ਬਣਾਓ, ਸਰਕਾਰ ਸਪੋਰਟ ਕਰੇ, ਸਰਕਾਰ ਸਪੋਰਟ ਕਰੇ, ਇੰਟਰਸਟ ਲਵੇ, ਤਾਂ ਕੋਈ ਐਸੀ ਗੱਲ ਨਹੀਂ ਇਹਦਾ ਹੱਲ ਨਾ ਹੋਵੇ। ਸੈਂਟਰ ਗੌਰਮੈਂਟ ਕੋਲ ਫੰਡ ਆਉਂਦੇ, ਤੁਹਾਨੂੰ ਹੁਣ ਜਿਹਦਾ ਜ਼ਿਕਰ ਹੋ ਰਿਹਾ ਸੀ, 1,000 ਕਰੋੜਾਂ ਦਾ ਐਸਾ ਫੰਡ ਆਇਆ ਕਿ ਇਹਨਾਂ ਮਸ਼ੀਨਾਂ ਨੂੰ ਲਗਾਉਣ ਲਈ ਜਾਂ ਖੇਤੀਬਾੜੀ ਦਾ ਜਿਹੜਾ ਵੇਸਟ ਆ ਸੰਭਾਲਣ ਲਈ 1,000 ਕਰੋੜਾਂ ਦਾ ਫੰਡ ਪੰਜਾਬ ਕੋਲ ਪਿਆ। ਹੁਣ ਸਰਕਾਰ ਵਰਤਣ ਯੋਗ ਆਊਗੀ, ਇੰਟਰਸਟ ਲਊਗੀ, ਤਾਂ ਕਿਸੇ ਵਰਤੋਂ 'ਚ ਆਊਗਾ। ਅੱਛਾ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਇਹ ਮਸ਼ੀਨਾਂ ਅਜੇ ਹੈ ਨਹੀਂ, ਨਾ ਹੋਣ ਦਾ ਕਾਰਨ ਕੀ ਹੈ? ਸਰਕਾਰ ਦੇ ਵੱਲੋਂ ਅਪਰੂਵ ਨਹੀਂ ਕੀਤੀਆਂ ਗਈਆਂ ਮਸ਼ੀਨਾਂ? ਦੇਖੋ, ਨਵੀਂ ਟੈਕਨੋਲੋਜੀ ਜਿਹੜੀ ਹੈਗੀ ਹੈ, ਜਿੰਨੀ ਦੇਰ ਮੈਂ ਇਹ ਮਸ਼ੀਨ ਮੇਰੇ ਅੰਦਰ ਤਿਆਰ ਹੋ ਗਈ ਹੈ, ਮੈਂ ਤੁਹਾਨੂੰ ਪਿਛਲੇ ਕਈ ਸਾਲਾਂ ਤੋਂ 10 ਸਾਲਾਂ 'ਚ ਮਸ਼ੀਨ ਨੂੰ ਲੱਗਾ ਤਾਂ ਬਣਾਉਣ ਲੱਗੇ, ਮੈਨੂੰ ਵੀ ਤਸੱਲੀ ਹੁੰਦੇ ਹੋਈ ਆ, ਹੁਣ ਮੈਂ ਕਹਿੰਦਾ ਕਿ ਮਸ਼ੀਨ ਤਿਆਰ ਹੋ ਗਈ ਹੈ। ਅਤੇ ਜਿੰਨੀ ਦੇਰ ਜਿਹੜੇ ਬੰਦੇ ਨੇ ਪੈਸੇ ਲਾਉਣੇ ਆ, ਜਿਹੜੇ ਬੰਦੇ ਨੇ ਇੰਡਸਟਰੀ 'ਚ ਲੈਣਾ, ਉਹ ਘੱਟੋ ਘੱਟ ਇਹਦਾ ਮੰਨਦਾ ਇਹਨੂੰ ਅਪਰੂਵਲ ਦਿੱਤਾ ਜਾਵੇ।
ਦੇਖੋ ਇਹ ਅਪਰੂਵਲ ਮੈਂ ਤੁਸੀਂ ਨਹੀਂ ਦੇ ਸਕਦੇ ਮੈਂ ਕਹਿੰਦਾ ਮੈਂ ਮੇਰੀ ਮਸ਼ੀਨ ਬਹੁਤ ਵਧੀਆ ਚੱਲਦੀ ਹੈ ਤੁਸੀਂ ਚੱਲਦੀ ਦੇਖ ਕੇ ਕਹਿੰਦੇ ਹੋ ਬਹੁਤ ਵਧੀਆ ਚੱਲਦੀ ਹੈ ਇਹਨੂੰ ਜਿੰਨੀ ਦੇਰ ਕੋਈ ਸਰਕਾਰ ਦੀ ਏਜੰਸੀ ਕੋਈ ਟੈਕਨੀਕਲ ਜੀ ਦੇਖਣ ਵਾਲੇ ਕੋਈ ਟੈਕਨੀਕਲ ਡਿਪਾਰਟਮੈਂਟ ਕੋਈ ਪੋਲੂਸ਼ਨ ਡਿਪਾਰਟਮੈਂਟ ਇਹਨੂੰ ਪ੍ਰੂਵ ਨਹੀਂ ਕਰਦਾ ਕੋਈ ਜਿੰਨੀ ਦੇਰ ਕਿੱਦਾਂ ਮਸ਼ੀਨ ਲਊਗਾ ਅਪਰੂਵਲ ਦਾ ਅਪਰੂਵਲ ਨਾ ਮਿਲਣ ਦਾ ਕਾਰਨ ਕੀ ਹੈ ਅਪਰੂਵਲ ਨਾ ਮਿਲਣ ਦਾ ਕੋਈ ਕਾਰਨ ਨਹੀਂ ਸਰਕਾਰ ਵੱਲੋਂ ਕੋਈ ਇੰਟਰਸਟ ਲੈਂਦਾ ਨਹੀਂ ਪਰ ਮੇਰੇ ਕੋਲ ਕੋਈ ਅਪਰੋਚ ਨਹੀਂ ਕਰਦਾ ਮੈਨੂੰ ਕੋਈ ਗੱਲ ਕਰੇ ਕਿ ਨਵੀਂ ਟੈਕਨੋਲੋਜੀ ਲਾਉਣਾ ਚਾਹੁੰਦੇ ਆ ਤਾਂ ਇਹ ਖੁਸ਼ ਹੁੰਦੇ ਆ ਪੁਰਾਣੀਆਂ ਟੈਕਨੋਲੋਜੀਆਂ ਵਿਦੇਸ਼ੀ ਟੈਕਨੋਲੋਜੀਆਂ ਬਾਹਰੋਂ ਆਈਆਂ ਟੈਕਨੋਲੋਜੀਆਂ ਜੀ ਉੱਥੇ ਚੱਲਦਾ ਪਿਆ ਜੀ ਹੈਪੀ ਸੀਟਰ ਲਾ ਦੇਵਾਂਗੇ ਜੀ ਮਲਚਿੰਗ ਕਰ ਦਾਂਗੇ ਜੀ ਜਿਹੜੀ ਚੀਜ਼ 15 ਸਾਲ ਇੱਕ ਚੀਜ਼ ਆਪਾਂ ਹੁਣ ਇਹਨਾਂ ਦਾ ਮੰਨ ਘੱਟੋ ਘੱਟ ਜਿਸ ਦਿਨ ਤੁਸੀਂ ਕਾਮਯਾਬ ਤਾਂ ਹੋ ਗਏ ਜਦੋਂ ਤੁਸੀਂ ਪਹਿਲੀ ਦਿਨ ਮੰਨੋਗੇ ਫੇਲ ਹੋ ਗਏ ਹੋ ਹੁਣ ਤੁਸੀਂ ਮੰਨ ਲਓ ਕਿ 20 ਸਾਲਾਂ ਤੋਂ ਅਸੀਂ ਫੇਲ ਹੋ ਚੁੱਕੇ ਹਾਂ ਇਹਦਾ ਬਿਮਾਰੀ ਦਾ ਹੱਲ ਕੋਈ ਨਵੀਂ ਦਵਾਈ ਨਾਲ ਹੀ ਹੋਣਾ ਪੁਰਾਣੀਆਂ ਦਵਾਈਆਂ ਕੋਈ ਨਹੀਂ ਚੱਲਣੀਆਂ ਉਹ ਪੁਰਾਣੀਆਂ ਦਵਾਈਆਂ ਬਾਰ ਬਾਰ ਖਾ ਕੇ ਨਾ ਉਹਨੂੰ ਖਰਾਬ ਕਰੋ ਨਵੀਂ ਦਵਾਈ ਜੇ ਹੈਗੀ ਉਹਨੂੰ ਟੈਸਟ ਕਰਨਾ ਪੈਣਾ ਮੇਰੇ ਕੋਲ ਹੱਲ ਨਹੀਂ ਹੈ ਤੁਹਾਡੀ ਤੁਸੀਂ ਤੁਹਾਡੇ ਰਾਹੀਂ ਮੈਂ ਪੁੱਛਦਾ ਸਰਕਾਰ ਆ ਕੇ ਟੈਸਟ ਕਰੇ ਪਾਸ ਕਰੇ ਇਸ 'ਚ ਕੋਈ ਕਮੀ ਹੈ ਮਸ਼ੀਨ 'ਚ ਮੈਨੂੰ ਦੱਸੇ ਤਾਂ ਜੋ ਇਹਨਾਂ ਨੂੰ ਤਸੱਲੀ ਹੁੰਦੀ ਟੈਕਨੀਕਲ ਡਿਪਾਰਟਮੈਂਟ ਨੂੰ ਤਸੱਲੀ ਹੁੰਦੀ ਅੱਗੇ ਲੋਕਾਂ ਨੂੰ ਦੱਸੋ ਲਾਉਣ ਲਈ ਇਹ ਕੰਮ ਮੈਂ ਨਹੀਂ ਮੈਂ ਆਪਣੀ ਚੀਜ਼ ਮੇਰੀ ਚੀਜ਼ ਬਹੁਤ ਵਧੀਆ ਬਣੀ ਹੈ ਇਹ ਤਾਂ ਮੈਂ ਕ੍ਰਿਟਿਕਸ ਨੂੰ ਇਨਵਾਈਟ ਕਰਦਾ ਪਿਆ ਕਿ ਡਿਪਾਰਟਮੈਂਟ ਤੁਸੀਂ ਦੇਖ ਲਿਆ ਕਿਹੜਾ ਡਿਪਾਰਟਮੈਂਟ ਆ ਕੇ ਮੇਰੇ ਕੋਲ ਟੈਸਟ ਕਰਨਾ ਚਾਹੁੰਦਾ ਆ ਕੇ ਟੈਸਟ ਕਰੇ ਤਾਂ ਅਸੀਂ ਮਸ਼ੀਨ ਨੂੰ ਤੁਸੀਂ ਅਪਰੋਚ ਕੀਤੀ ਕਈ ਵਾਰ ਡਿਪਾਰਟਮੈਂਟ ਤੱਕ ਜਾਂ ਸਰਕਾਰ ਤੱਕ ਕਿ ਮੈਂ ਇਹ ਮਸ਼ੀਨ ਬਣਾਈ ਆ ਪਰਾਲੀ ਦਾ ਇਹ ਦੇਖੋ ਹੱਲ ਹੈਗਾ ਇਹਦਾ ਅਨਆਫੀਸ਼ੀਅਲੀ ਤਾਂ ਮੈਂ ਇਹਨਾਂ ਨੂੰ ਇਨਵਾਈਟ ਕਰਦਾ ਆਫੀਸ਼ੀਅਲੀ ਜਿੰਨੀ ਦੇਰ ਅਥਾਰਟੀਜ਼ ਜਿਹੜੇ ਸਾਡਾ ਵਾਹ ਪੈਂਦਾ ਲੋ ਗਵਰਨਮੈਂਟ ਦੇ ਥੱਲੜੇ ਲੈਵਲ ਦੇ ਅਫਸਰਾਂ ਨਾਲ ਜਿੰਨੀ ਦੇਰ ਉੱਪਰ ਲੈਵਲ ਦੇ ਉੱਤੇ ਜਿਹੜੀਆਂ ਮੇਨ ਜਿਹੜੇ ਸਰਕਾਰੀ ਅਫਸਰ ਜ਼ਿੰਮੇਵਾਰ ਆ ਉਹ ਇਹਦੇ ਵਿੱਚ ਇੰਟਰਸਟ ਨਹੀਂ ਲੈਂਦੇ ਕੰਮ ਸਿਰੇ ਨਹੀਂ ਚੜ੍ਹ ਸਕਦਾ ਇਹ ਹਾਇਰ ਲੈਵਲ ਦੇ ਉੱਤੇ ਇਹਨਾਂ ਨੂੰ ਇੰਸਟਰਕਸ਼ਨਾਂ ਆਉਣਗੀਆਂ ਇਹਦਾ ਮਸ਼ੀਨ ਦੇ ਪ੍ਰੋਪਰ ਟੈਸਟ ਹੋਣਗੇ ਇਹਨਾਂ ਦੀ ਤਸੱਲੀ ਹੁੰਦੀ ਹੈ ਤਾਂ ਫਿਰ ਜ਼ਿੰਮੇਦਾਰ ਦੇ ਕੋਲ ਮੇਰਾ ਪ੍ਰੋਡਕਟ ਵਿਕਣ ਲੱਗੇ ਕੋਈ ਫਾਈਨਾਂਸ ਦੀ ਕਮੀ ਨਹੀਂ ਹੈ ਤੁਹਾਨੂੰ ਮੈਂ ਦੱਸਦਾ ਹੈ ਕਿ 10-20 ਲੱਖ ਰੁਪਇਆ ਲਾ ਕੇ ਮਸ਼ੀਨ ਬੜੀ ਵਧੀਆ ਲੱਗ ਜਾਂਦੀ ਹੈ 20 ਲੱਖ ਲਾ ਕੇ ਬੰਦਾ ਕਨੇਡਾ ਨਹੀਂ ਪਹੁੰਚਦਾ ਤਾਂ 20 ਲੱਖ ਲਾ ਕੇ ਮਸ਼ੀਨ ਚਾਲੂ ਹੋ ਜਾਂਦੀ ਹੈ ਸਰਕਾਰ ਫਾਈਨਾਂਸ ਸਰਕਾਰ ਕਰਦੀ ਹੈ ਸਰਕਾਰ ਕੋਈ ਨੂੰ ਫਾਈਨਾਂਸ ਕਰੇ 90% ਫਾਈਨਾਂਸ ਦਿੰਦੀ ਸਰਕਾਰ ਸਬਸਿਡੀਆਂ ਸਾਡੇ ਕੋਲ ਸਰਕਾਰ ਦਿੰਦੀ ਹੈ ਮਾਲ ਚੱਕਣ ਨੂੰ ਮਿਆਰ ਤਿਆਰ ਆ ਥਰਮਲ ਪਲਾਂਟ ਤਿਆਰ ਹੈ ਟੈਕਨੋਲੋਜੀ ਸਾਡੇ ਕੋਲ ਅਪਰੂਵ ਹੋ ਗਈ ਹੈ ਪਰਾਲੀ ਇਹਨਾਂ ਕੋਲ ਖੇਤਾਂ 'ਚ ਭਰੀ ਪਈ ਹੈ ਅਤੇ ਨਾ ਖੇਤਾਂ 'ਚ ਕੰਮ ਨਾ ਚੱਲਣ ਦਾ ਕਾਰਨ ਕੋਆਰਡੀਨੇਸ਼ਨ ਦੀ ਕਮੀ ਹੈ ਹੋਰ ਕੋਈ ਕਮੀ ਨਹੀਂ ਹੈ ਪਲਾਨ ਕੀ ਹੈਗਾ ਜਿਵੇਂ 10 ਸਾਲ ਤੁਸੀਂ ਇਹ ਮਸ਼ੀਨ ਬਣਾਉਣ 'ਤੇ ਲਾਤੇ ਹੋ ਆ ਕੇ ਤੁਹਾਨੂੰ ਤਸੱਲੀ ਹੋਈ ਹੈ ਇਹ ਕਿੰਨੇ ਦੀ ਮਸ਼ੀਨ ਜਾਊਗੀ ਕਿੰਨਾ ਖਰਚਾ ਕਿਸਾਨ ਨੂੰ ਦੇਣਾ ਪਏਗਾ ਜੇਕਰ ਕੋਈ ਪਰਾਲੀ ਲੈ ਕੇ ਆਉਂਦਾ ਤਾਂ ਕਿਸਾਨ ਨੂੰ ਕੀ ਬਚੇਗਾ ਕੀ ਫਾਇਦੇ ਕੀ ਹੈਗੇ ਨੇ ਆਸਾਨ ਜੀ ਭਾਸ਼ਾ 'ਚ ਸੌਖੇ ਜਿਹੇ ਤਰੀਕੇ ਨਾਲ ਇੱਕ ਵਾਰ ਦੱਸੋ ਦੇਖੋ ਇਹ ਮਸ਼ੀਨ ਜਿਹੜੀ ਹੈਗੀ ਆਪਾਂ ਕਹੀਏ 40-50 ਟਨ ਕਪੈਸਿਟੀ ਦੀ ਮਸ਼ੀਨ 40-50 ਟਨ ਜਿਹੜਾ ਰੋਜ਼ ਦਾ ਪਰਾਲੀ ਨੂੰ ਸੰਭਾਲ ਸਕੇ ਠੀਕ ਹੈ ਕਿਉਂਕਿ ਇੱਕ ਪਿੰਡ ਦੇ ਵਿੱਚੋਂ ਲਗਭਗ 2-3 ਹਜ਼ਾਰ ਟਨ ਪਰਾਲੀ ਸਾਡੇ ਕੋਲ ਮੋਟੇ ਤੌਰ ਦੇ ਉੱਤੇ ਮਿਲਦੀ ਹੈ ਅਤੇ ਅਸੀਂ ਕਹਿੰਦੇ ਹਾਂ ਕਿ 35-40 ਟਨ ਰੋਜ਼ ਦੀ ਕਪੈਸਿਟੀ ਦੀ ਮਸ਼ੀਨ ਚਾਹੀਦੀ ਹੈ ਜਿਹੜੀ ਇੱਕ ਪਿੰਡ ਦੀ ਪਰਾਲੀ ਸੰਭਾਲ ਸਕੇ ਇੰਨੀ ਕਪੈਸਿਟੀ ਦੀ ਮਸ਼ੀਨ ਜਿਹੜੀ ਆ ਲਗਭਗ 2 ਕਰੋੜ 'ਚ ਤਿਆਰ ਹੁੰਦੀ ਹੈ ਉਹ ਮਸ਼ੀਨ 2 ਕਰੋੜ ਦੀ ਮਸ਼ੀਨ ਦੇ ਵਿੱਚ 90% ਸਰਕਾਰ ਨੇ ਫਾਈਨਾਂਸ ਕਰਨਾ 70-80 ਆਪਣਾ ਇਸ 'ਚ 30-40% ਸਬਸਿਡੀ ਵੀ ਮਿਲਣੀ ਹੈ ਇਹ ਸਬਸਿਡੀਆਂ ਮਿਲਣ ਤੋਂ ਬਾਅਦ 15-20 ਲੱਖ ਤੋਂ ਬਾਅਦ ਕਿਸਾਨ ਦਾ ਨਹੀਂ ਲੱਗਦਾ ਅਤੇ ਕਿਸਾਨ ਜਦੋਂ ਇਹ ਮਸ਼ੀਨ ਲਗਾ ਲੈਂਦਾ ਉਸ ਪਿੰਡ ਦੀ ਇਕੋਨਮੀ ਦੇ ਵਿੱਚ ਲਗਭਗ ਤੁਸੀਂ ਸਮਝ ਲਓ ਕਿ 30 ਟਨ ਜਦੋਂ 25 ਟਨ ਕੋਲਾ ਬਣਨਾ ਉਹ ਗੰਦ ਸਾਫ਼ ਹੋਣਾ ਤਾਂ ਉਹ ਹਿਸਾਬ ਨਾਲ 10-8-6 ਰੁਪਏ ਕਿਲੋ ਦੀ ਆਈਟਮ ਲਾ ਲਓ 8 ਰੁਪਏ ਕਿਲੋ ਦੀ ਆਈਟਮ ਲਾ ਲਓ ਕਿੰਨਾ ਖਰਚਾ ਕਿੰਨੀ ਕਮਾਈ ਹੁੰਦੀ ਤੁਸੀਂ ਗਿਣ ਸਕਦੇ ਹੋ ਕਿੱਦਾਂ ਕਿ ਪਿੰਡ ਦੀ ਇਕੋਨਮੀ 'ਚ ਐਡ ਹੋ ਜਾਂਦੀ ਹੈ ਅੱਛਾ ਕਿਸਾਨ ਨੂੰ ਕੀ ਮਿਲੇਗਾ ਜਿਹੜਾ ਪਰਾਲੀ ਲੈ ਕੇ ਆਏਗਾ ਭਾਅ ਜੀ ਮੈਂ ਇਹਦੇ ਵਿੱਚ ਇਹ ਕਿਸਾਨਾਂ ਦੇ ਇੱਕ FPO ਲਗਾਓ ਇੱਕ FPO ਤੁਸੀਂ ਮਿਲ ਕੇ ਕਿਸਾਨ ਲਗਾ ਰਹੇ ਕਈ ਮਾਡਲ ਆਉਂਦੇ ਕੋਆਪਰੇਟਿਵ ਮਾਡਲ ਆਉਂਦਾ ਕਿਸਾਨ ਮਿਲ ਕੇ ਵੀ ਲਗਾ ਰਹੇ ਆ ਕੋਈ ਇੱਕ ਕਿਸਾਨ ਲਾ ਰਿਹਾ ਉਹ ਦੱਸੂਗਾ ਮੈਂ ਕਿੰਨੇ ਦੀ ਪਰਚੇਸ ਕਰੂੰਗਾ ਕਲੈਕਸ਼ਨ ਚਾਰਜਿਸ ਕਿੱਦਾਂ ਪੈਂਦੇ ਆ ਤੁਸੀਂ ਇਕੋਨਮੀ ਜਾਣ ਲਓ 25 ਟਨ ਦੀ ਮਸ਼ੀਨ ਲੱਗਣ ਦਾ ਮਤਲਬ ਹੈ ਜਾਂ 30 ਟਨ ਰੋਜ਼ ਦਾ ਕੋਲਾ ਬਦਲਣ ਦਾ ਮਤਲਬ ਹੈ ਕਿ ਰੋਜ਼ ਦਾ ਸਾਡੇ ਕੋਲ 2 ਲੱਖ ਰੁਪਇਆ ਸਾਡੀ ਇਕੋਨਮੀ 'ਚ ਜੁੜ ਰਿਹਾ ਪਿੰਡ ਦੀ ਇਕੋਨਮੀ 'ਚ ਜੁੜ ਰਿਹਾ 2 ਲੱਖ ਰੁਪਇਆ ਪਿੰਡ ਦੀ ਇਕੋਨਮੀ 'ਚ ਆਉਣ ਦਾ ਮਤਲਬ ਹੁੰਦਾ ਮੇਰੀ ਜੇਬ 'ਚ ਨਹੀਂ ਜਾਂਦਾ ਮਸ਼ੀਨ ਲਾਉਣ ਵਾਲਾ ਉਹਦੇ ਵਿੱਚੋਂ ਮਸ਼ੀਨ ਚਲਾਉਣ ਵਾਲੇ ਮਸ਼ੀਨ ਵੇਚਣ ਵਾਲੇ ਇਕੱਠੇ ਕਰਨ ਵਾਲੇ ਕਿਸਾਨਾਂ ਕਿਸੇ ਨਾ ਕਿਸੇ ਹਿੱਸੇ 'ਚ ਵੰਡਿਆ ਜਾਂਦਾ ਕਿਸਾਨ ਨੂੰ ਕੁਛ ਨਾ ਕੁਛ 1,000-2,000 ਰੁਪਇਆ 2,000 ਰੁਪਇਆ 3,000 ਰੁਪਇਆ ਖੇਤ ਮਿਲਣਾ ਚਾਹੀਦਾ ਜਦੋਂ ਕਲੈਕਸ਼ਨ ਹੋਣੀ ਹੈ ਮਸ਼ੀਨਾਂ ਲੱਗੀਆਂ ਹੋਣ ਡਿਮਾਂਡ ਨਿਕਲਿਆ ਹੋਵੇ ਪ੍ਰੋਡਕਟ ਦੀ ਦੇਖੋ ਭਾਜੀ ਬਾਕੀ ਸਭ ਚੀਜ਼ਾਂ ਵੱਖਰੀਆਂ ਹੈਗੀਆਂ ਇੱਕ ਐਨਰਜੀ ਹੈ ਜਿਹਦੀ ਡਿਮਾਂਡ ਖਤਮ ਨਹੀਂ ਹੋਣੀ ਹਰ ਚੀਜ਼ ਦੀ ਡਿਮਾਂਡ ਖਤਮ ਹੋ ਸਕਦੀ ਐਨਰਜੀ ਔਰ ਫਿਊਲ ਦੀ ਡਿਮਾਂਡ ਆਉਂਦੇ ਵਕਤਾਂ 'ਤੇ ਕਦੇ ਖਤਮ ਨਹੀਂ ਹੋਣੀ ਇਸ ਰਿਨਿਊਏਬਲ ਐਨਰਜੀ ਡਿਮਾਂਡ ਖਤਮ ਨਹੀਂ ਹੋਣੀ ਕੋਲੇ ਦੀ ਡਿਮਾਂਡ ਮੁੱਕਣੀ ਨਹੀਂ ਹੈ ਕੋਲ ਕਿਸੇ ਚੀਜ਼ ਦੀ ਮੁੱਕ ਜਾਵੇ ਕੋਲੇ ਤੇਲ ਦੀ ਡਿਮਾਂਡ ਨਹੀਂ ਖਤਮ ਹੋਣੀ ਅਤੇ ਕੋਲਾ ਤੇਲ ਜਿਹੜਾ ਤੁਹਾਡੇ ਖੇਤਾਂ 'ਚ ਪਿਆ ਉਹਨੂੰ ਕਨਵਰਟ ਕਰਨ ਲਈ ਆਪ ਮਸ਼ੀਨਾਂ ਲਗਾਓਗੇ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਮਸ਼ੀਨਾਂ ਲੱਗੀ ਜਾਊਗੀ ਕਿਸਾਨ ਆਪ
ਜਿਹਨੇ ਆਪ ਹੀ ਮਸ਼ੀਨ ਲਗਾਉਣੀ ਆਪ ਹੀ ਦੇ ਦੇ ਮੈਂ ਇਹਨਾਂ ਦੱਸ ਦਿੰਦਾ ਕਿ 6-7 ਰੁਪਏ ਕਿਲੋ ਕੋਲਾ ਜਿਹੜਾ ਹੈਗਾ ਮੈਂ ਆਪ ਲੈਣ ਨੂੰ ਤਿਆਰ ਹਾਂ ਇਹਨਾਂ ਕੋਲੋਂ ਅੱਛਾ ਯਾਨੀ ਕਿ ਤੁਸੀਂ ਕਹਿੰਦੇ ਹੋ ਜੇਕਰ ਕੋਈ ਮਸ਼ੀਨ ਲਾਉਂਦਾ ਤਾਂ ਉਹਦੇ ਕੋਲੋਂ ਕੋਲਾ ਵੀ ਜਿਹੜਾ ਤੁਸੀਂ ਖਰੀਦ ਲਓਗੇ ਮੈਂ ਖਰੀਦ ਲਵਾਂਗਾ ਮੈਂ ਤਾਂ ਕੋਲਾ ਚੱਕਣ ਨੂੰ ਤਿਆਰ ਹਾਂ ਆਹੀ ਬੂਰਾ ਮੈਨੂੰ ਦੇ ਦਿਓ 6 ਰੁਪਏ ਕਿਲੋ ਹਾਂ 6 ਰੁਪਏ 7 ਰੁਪਏ ਕਿਲੋ ਮੈਨੂੰ ਕੋਲਾ ਦੇ ਦਿਓ ਮੈਨੂੰ ਮੈਂ ਬਿਆਨ ਚੱਕਣ ਨੂੰ ਤਿਆਰ ਹਾਂ ਮਸ਼ੀਨ ਤੁਸੀਂ ਲਾਓ ਤੁਹਾਡੇ ਮੈਨੂੰ ਤਿਆਰ ਕਰਕੇ ਚੀਜ਼ ਦਿਓ ਮੈਂ ਪਰਾਲੀ ਨਹੀਂ ਚੱਕ ਸਕਦਾ ਦੇਖ 2 ਕਰੋੜ ਟਨ ਸਰ 2 ਕਰੋੜ ਟਨ ਇੱਕ ਭਾਈ ਸਾਹਿਬ ਗੱਲ ਹੁੰਦੀ ਹੈ ਉਹ ਜੇ ਮੇਰੇ ਕੋਲ 12-10 ਹਜ਼ਾਰ ਮਸ਼ੀਨਾਂ ਲੱਗੂਗੀਆਂ ਤਾਂ 2 ਕਰੋੜ ਟਨ ਮਾਲ ਸੰਭਾਲਿਆ ਜਾਣਾ ਇੱਕ ਦੋ ਮਸ਼ੀਨਾਂ ਇੱਕ ਅੱਧੇ ਬੰਦੇ ਨਾਲ ਕੰਮ ਨਹੀਂ ਹੈਗਾ ਇਹ ਪਿੰਡਾਂ ਪਿੰਡਾਂ ਦੇ ਵਿੱਚ ਕੰਮ ਲੱਗੂਗਾ ਤਾਂ ਕੰਮ ਹੋਣਾ ਜੇ ਪਿੰਡ ਦੇ ਦੋ ਆਪਣਾ ਇੱਕ ਹੱਦ ਦੇ ਵਿੱਚ ਕੰਮ ਚਾਲੂ ਹੋਊਗੇ ਇਹ ਐਂਟਰਪ੍ਰੀਨਰਸ ਜਿਹੜੇ ਸਾਡੇ ਪਿੰਡਾਂ 'ਚ ਜਿਹੜੇ ਆਪਣੇ ਬੱਚੇ ਕੈਨੇਡਾ ਭੇਜਦੇ ਪਏ ਨਾ ਜਦੋਂ ਮਸ਼ੀਨਾਂ ਲਾਊਗਾ ਤਾਂ ਕੰਮ ਚਾਲੂ ਸਹੀ ਹੋਣਾ ਅਤੇ ਇਹਦੇ ਵਿੱਚ ਕੋਈ ਐਡੀ ਗੱਲ ਵੀ ਨਹੀਂ ਹੁੰਦੀ ਜਿਹੜੇ ਸਾਡੇ ਹਾਰਵੈਸਟਰ ਨੇ ਪਹੁੰਚਦੇ ਪਏ ਆ ਪਿੰਡਾਂ ਦੇ ਵਿੱਚ ਇੰਨੀਆਂ ਮਸ਼ੀਨਾਂ ਲੱਗਦੀਆਂ ਇੱਕ ਮਸ਼ੀਨ ਹੋਰ ਲੱਗ ਜਾਊਗੀ ਤਾਂ ਕੀ ਹੋ ਜਾਊਗਾ ਯਾਨੀ ਕਿ ਤੁਹਾਡੇ ਕਹਿਣ ਤੋਂ ਭਾਵ ਹੈ ਕਿ ਅੱਗ ਲੱਗਣ ਨੂੰ ਵੀ ਬਚਾ ਲਿਆ ਜਾਏਗਾ ਔਰ ਕਿਸਾਨਾਂ ਨੂੰ ਪੈਸਾ ਵੀ ਆ ਜਾਏਗਾ ਪੰਜਾਬ ਦੀ ਇਕਨੋਮੀ ਦੇ ਵਿੱਚ ਪੈਸਾ ਜੁੜੇਗਾ ਸਭ ਦੀ ਜੇਬਾਂ 'ਚ ਜਦ ਕਹਿੰਦਾ ਮੀਂਹ ਪੈਂਦਾ ਨਾ ਸਭ ਨੂੰ ਬਰਾਬਰ ਛਿੱਟਾਂ ਪੈਂਦੀਆਂ ਕਿਸੇ ਨੂੰ ਘੱਟ ਕਿਸੇ ਨੂੰ ਵੱਧ ਇੱਕ ਵਾਰੀ ਛਿੱਟ ਪੈਣ ਦਿਓ ਸੋਕਾ ਦੂਰ ਹੋਊਗਾ ਤਾਂ ਸਭ ਨੂੰ ਛਿੱਟਾਂ ਪਊਗੀਆਂ ਸਭ ਨੂੰ ਸਾਹ ਆਊਗਾ ਸਭ ਨੂੰ ਪਾਣੀ ਮਿਲੂਗਾ ਸਭ ਨੂੰ ਅਨੰਦ ਸਭ ਨੂੰ ਵੀਹ ਪਈ ਤਾਂ ਸਭ ਨੂੰ ਛਿੱਟਾਂ ਬਰਾਬਰ ਪੈਣੀਆਂ ਕਿਸੇ ਨੂੰ ਘੱਟ ਕਿਸੇ ਨੂੰ ਵੱਧ ਅਤੇ ਇਹ ਜਿਹੜੀ ਚੀਜ਼ ਹੈਗੀ ਹੈ ਕਿਸਾਨ ਨੂੰ ਇਕੋਨਮੀ ਦੇ ਵਿੱਚ ਸਾਡੇ ਕਿਸਾਨ ਨੂੰ ਵੀ ਵਾਧਾ ਹੋਊਗਾ ਸਾਡੀ ਇੰਡਸਟਰੀ ਨੂੰ ਵੀ ਵਾਧਾ ਹੋਊਗਾ ਜਿਹਨੂੰ ਫਿਊਲ ਮਿਲੂਗਾ ਸਾਡਾ ਜਿਹੜਾ ਪਿੰਡਾਂ 'ਚ ਵੀ ਵਾਧਾ ਹੋਊਗਾ ਜਿੱਥੇ ਇੰਡਸਟਰੀ ਜਾਊਗੀ ਸਾਡਾ ਰੋਜ਼ਗਾਰ ਮਿਲੂਗਾ ਜਦੋਂ ਕਲੈਕਸ਼ਨ ਕਰਨੀ ਹੈਗੀ ਹੈ ਕਲੈਕਸ਼ਨ ਕਰਨਾ ਵੀ ਆਪਣੇ ਆਪ 'ਚ ਰੋਜ਼ਗਾਰ ਹੈ ਜਿਹੜਾ ਕੁਛ ਇਕੱਠਾ ਕਰਕੇ ਲਾਊਗਾ ਉਹਨੂੰ ਵੀ ਰੋਜ਼ਗਾਰ ਮਿਲੂਗਾ ਇਹ ਪੈਸੇ ਵੰਡਦੇ ਬਣਾਉਂਦੇ ਜਿਹੜਾ ਹੈਗਾ ਸਾਡੇ ਇੱਕ ਮੈਂ ਤੁਹਾਨੂੰ ਕਿਹਾ 20,000 ਕਰੋੜ ਦੀ ਇਕੋਨਮੀ ਹੈ 20,000 ਕਰੋੜ ਬਹੁਤ ਵੱਡੀ ਫਿਕਰ ਹੈ ਮੈਂ ਕਰਨੀ ਮੇਰੇ ਇਕੱਲੇ ਦੇ ਬਸਦੀ ਹੈ ਇਹ 20,000 ਕਰੋੜ ਜਿਹੜਾ ਲੈਣ ਲਈ ਮੇਰੇ ਕੋਲ 1,000, 2,000, 10,000 ਬੰਦਾ ਹੋਊਗਾ ਤਾਂ ਆਪਾਂ 20,000 ਕਰੋੜ ਜਿਹੜਾ ਵੰਡਿਆ ਜਾਊਗਾ ਪੰਜਾਬ ਦੇ ਵਿੱਚ ਆਊਗਾ ਕਿੱਦਾਂ ਹੋਊਗਾ ਮੈਂ ਤਾਂ ਨਹੀਂ ਲੈ ਕੇ ਇਕੱਲਾ ਤਾਂ ਲਿਜਾ ਹੀ ਨਹੀਂ ਸਕਦਾ ਇੰਨਾ ਹੀ ਰੋਜ਼ਗਾਰ ਇੰਨਾ ਬਿਜ਼ਨਸ ਅੱਗੇ ਆਹ ਵਾਲਾ ਵਪਾਰ ਹੈ ਸਭ ਕੁਝ ਨਾਲ ਜੁੜਦਾ ਲੰਮਾ ਸਮਾਂ ਤੁਸੀਂ ਲਾਇਆ ਹੈ ਮਸ਼ੀਨ ਬਣਾਉਣ 'ਤੇ ਆਹ ਮੈਂ ਦੇਖ ਰਿਹਾ ਸਾਰਾ ਪ੍ਰੋਜੈਕਟ ਵੀ ਤੁਸੀਂ ਲਾਇਆ ਸੀਗਾ ਪਰ ਅਜੇ ਸ਼ੁਰੂ ਨਹੀਂ ਹੋ ਸਕਿਆ ਦੁੱਖ ਲੱਗਦਾ ਕਿ ਇੰਨਾ ਸਮਾਂ ਲਾਤਾ ਇੱਕ ਮਸ਼ੀਨ ਦੇ ਉੱਪਰ ਪਰ ਅਜੇ ਤੱਕ ਅਪਰੂਵਲ ਨਹੀਂ ਮਿਲ ਸਕੀ ਅਪਰੂਵਲ ਨਾ ਮਿਲਣਾ ਹੀ ਤਾਂ ਸਮੱਸਿਆ ਇਹੀ ਤਾਂ ਚੀਜ਼ ਆਪਾਂ ਮੈਂ ਥੋੜ੍ਹਾ ਜਿਹਾ ਡਿਸਹਾਰਡ ਵੀ ਹੋ ਜਾਂਦਾ ਕਦੀ ਕਦੀ ਦਿਲ ਬੈਠ ਵੀ ਜਾਂਦਾ ਯਾਰ ਮੈਂ ਕਿਸ ਪਾਸੇ ਆਪਣੀ ਜ਼ਿੰਦਗੀ ਲਾਉਣਾ ਪਿਆ ਕਿ ਰੈਗੂਲਰ ਕੰਮ ਕਰਦੇ ਰਹਿੰਦੇ ਖਰਾ ਰਹਿੰਦਾ ਸਾਡੇ ਇਨੋਵੇਸ਼ਨ ਨੂੰ ਐਂਟਰਪ੍ਰੀਨਰਸ਼ਿਪ ਨੂੰ ਨਵੀਆਂ ਚੀਜ਼ਾਂ ਨੂੰ ਐਕਸੈਪਟੇਬਿਲਟੀ ਸਾਡੇ ਬਹੁਤ ਦੇਰ ਨਾਲ ਬਣਦੀ ਆਹੀ ਚੀਜ਼ ਕਿਤੇ ਬਾਹਰੋਂ ਬਣ ਕੇ ਆਈ ਹੁੰਦੀ ਤਾਂ ਬਹੁਤ ਪਸੰਦ ਕੀਤੀ ਜਾਂਦੀ ਸ਼ਾਇਦ ਇਹੀ ਕਿਤੇ ਜਰਮਨੀ ਤੋਂ ਬਣ ਕੇ ਆ ਰਹੀ ਹੈ ਯੂਰੋਪ ਤੋਂ ਆ ਰਹੀ ਹੈ ਸਾਡੇ ਲੀਡਰ ਜਾਂ ਕੋਈ ਹੋਰ ਬਾਹਰ ਜਾ ਕੇ ਅਫਸਰ ਦੇਖ ਕੇ ਆਉਂਦੇ ਮੈਂ ਟੈਕਨੋਲੋਜੀ ਦੇਖ ਆਇਆ ਇਹਨਾਂ ਨੂੰ ਤਾਂ ਆਹ ਤਸੱਲੀ ਨਹੀਂ ਹੁੰਦੀ ਕਿ ਆਪਾਂ ਇੰਡੀਅਨ ਕਿੱਦਾਂ ਬਣਾ ਸਕਦੇ ਹਾਂ ਇਹ ਨਹੀਂ ਕਿ ਟੈਕਨੋਲੋਜੀ ਬਾਹਰੋਂ ਬਾਹਰਲਾ ਤਾਂ ਕਹਿੰਦਾ ਕਾਮਯਾਬ ਨਹੀਂ ਹੋਇਆ ਤੁਸੀਂ ਕਿੱਦਾਂ ਬਣਾ ਲਈ ਮੈਨੂੰ ਲੱਗਦਾ ਕਿ ਜੇਕਰ ਇਹ ਕਿਸੇ ਹੋਰ ਨੇ ਬਣਾਈ ਹੁੰਦੀ ਫਿਰ ਕਾਮਯਾਬ ਸੀ ਭਾਈ ਸਾਹਿਬ ਮੈਨੂੰ ਆਹ ਸਵਾਲ ਪੁੱਛਿਆ ਜਾਂਦਾ ਕਿ ਬਾਹਰ ਤਾਂ ਚੱਲੀ ਨਹੀਂ ਤੁਸੀਂ ਕਿੱਦਾਂ ਬਣਾ ਲਈ ਉਹ ਤਾਂ ਉਹਦਾ ਕੋਈ ਬਣੀ ਨਹੀਂ ਤੁਸੀਂ ਕਿੱਦਾਂ ਬਣਾ ਲਈ ਤਾਂ ਮੇਰੇ ਕੋਲ ਇਸ ਚੀਜ਼ ਦਾ ਜਵਾਬ ਹੀ ਕੋਈ ਨਹੀਂ ਮੈਂ ਕਿੱਦਾਂ ਬਣਾ ਲਈ ਮੈਂ ਤਾਂ ਬਾਹਰ ਜਾ ਕੇ ਦੇਖਿਆ ਨਹੀਂ ਮੈਂ ਤਾਂ ਆਪਣੀ ਬਣਾਈ ਹੈ ਮੈਂ ਆਪਣੀ ਜ਼ਿੰਦਗੀ ਲਾਈ ਹੈ ਬਾਹਰਲੇ ਕੀ ਕਰਦੇ ਨਹੀਂ ਕਰਦੇ ਮੇਰਾ ਉਹਨਾਂ ਕੋਈ ਤਾਲੁਕ ਨਹੀਂ ਅੱਜ ਦੀ ਡੇਟ 'ਚ ਦੁਨੀਆ ਹੋ ਬੜੀ ਛੋਟੀ ਗਈ ਹੈ ਮੈਨੂੰ ਬਾਹਰ ਘੁੰਮਣ ਦੀ ਲੋੜ ਨਹੀਂ ਤੁਸੀਂ ਨੈੱਟ ਖੋਲੋ ਸਾਰੀ ਦੁਨੀਆ ਤੁਹਾਡੇ ਕੋਲ ਖੁੱਲ੍ਹੀ ਹੁੰਦੀ ਸਾਡੀ ਦੁਨੀਆ ਟੈਕਨੋਲੋਜੀਆਂ ਤੁਹਾਡੇ ਸਾਹਮਣੇ ਹੁੰਦੀਆਂ ਅਤੇ ਉਹ ਤਾਂ ਜਿਹੜੀਆਂ ਗੱਲਾਂ ਹੁੰਦੀਆਂ ਹੈਗੀਆਂ ਤੁਹਾਨੂੰ ਆਪਣੇ ਆਪ 'ਚ ਕੋਨਫੀਡੈਂਸ ਹੋਣਾ ਚਾਹੀਦਾ ਕਿ ਆਹ ਟੈਕਨੋਲੋਜੀ ਮੈਂ ਬਣਾਉਣੀ ਹੈ ਤੁਹਾਨੂੰ ਆਪਣੇ ਆਪ 'ਚ ਕੋਨਫੀਡੈਂਸ ਹੋਣਾ ਚਾਹੀਦਾ ਕਿ ਮੇਰਾ ਜਿਹੜਾ ਪ੍ਰੋਡਕਟ ਆ ਉਸ 'ਚੋਂ ਫਿਊਲ ਬਣ ਸਕਦਾ ਜਦੋਂ ਤੁਸੀਂ ਆਪਣੇ ਆਪ 'ਚ ਕੋਨਫੀਡੈਂਸ ਕਰ ਲਉਂਗੇ ਤੁਹਾਨੂੰ ਆਪਣੇ ਆਪ 'ਚ ਕੋਨਫੀਡੈਂਸ ਹੈ ਨਹੀਂਗਾ ਤਾਂ ਫਿਰ ਇਹਦਾ ਇਲਾਜ ਹੀ ਕੋਈ ਨਹੀਂ ਮਸ਼ੀਨ ਬਣਾਉਣ 'ਚ ਜਾਣ ਲੱਗੀ ਆ ਆਓ ਨਾਲ ਚੱਲੋ ਮੈਂ ਇਕੱਲਾ ਨਹੀਂ ਕਰ ਸਕਦਾ ਮੈਂ ਟੈਕਨੋਲੋਜੀ ਦੇ ਸਕਦਾ ਮੈਨੂੰ ਕਹੋ ਕਿ ਮੈਂ ਇਨਫਰਾਸਟ੍ਰਕਚਰ ਐਡਾ ਵੱਡਾ ਹੋਵੇ ਕਿ ਜ਼ਮੀਨਦਾਰਾਂ ਨੂੰ ਸਮਝਾ ਸਕਾਂ ਮੇਰੇ ਕੋਲ ਇੰਨਾ ਫੰਡ ਹੋਵੇ ਕਿ ਲੋਕਾਂ ਨੂੰ ਸਮਝਾ ਸਕਾਂ ਮੇਰੇ ਕੋਲ ਇੰਨੀ ਕਪੈਸਿਟੀ ਨਹੀਂ ਇਹ ਤਾਂ ਸਰ 1-2 ਕਰੋੜ ਟਨ ਯਾਨੀ ਕਿ 2,000 ਕਰੋੜ ਕਿਲੋ ਕਿੰਨੇ ਸੰਭਾਲਣੀ ਹੈ ਅਸੀਂ ਕੋਈ ਐਡੇ ਇੰਡਸਟਰੀ ਵੱਡੇ ਨਹੀਂ ਹੈਗੇ ਐਡੇ ਕੋਈ ਸ਼ੋਅਗਰ ਨਹੀਂ ਹੈਗੇ ਡਾਨੀ ਬਾਨੀ ਨਹੀਂ ਹੈਗੇ ਕਿ ਇਕੱਲਾ ਬੰਦਾ ਸਾਰਾ ਕੁਝ ਸੰਭਾਲ ਲਊਗਾ ਇਹ ਤਾਂ ਸਰਕਾਰਾਂ ਦਾ ਤਾਂ ਲੋਕਾਂ ਦੇ ਸਾਥ ਆਏ ਦਾ ਕੰਮ ਆ ਤਾਂ ਸਿਰੇ ਚੜ੍ਹਨੀ ਹੈ ਮਿਲ ਕੇ ਕੰਮ ਹੋਣੇ ਮੇਰੇ ਬਸ 'ਚ ਨਹੀਂ ਬਿਲਕੁਲ ਬਾਕੀ ਇਹ ਸਹਿਯੋਗ ਜ਼ਰੂਰ ਕਰਨਾ ਚਾਹੀਦਾ ਤਾਂ ਧੰਨਵਾਦ ਪਲਟਾ ਜੀ ਗੱਲਬਾਤ ਕਰਨ ਦੇ ਲਈ ਸੋ ਇਹ ਮਸ਼ੀਨ ਜਿਹੜੀ ਆ ਇਹਨਾਂ ਦੇ ਵੱਲੋਂ ਤਿਆਰ ਕਰ ਦਿੱਤੀ ਗਈ ਹੈ ਕਹਿੰਦੇ ਨੇ ਕਿ ਬਿਲਕੁਲ ਪਾਸ ਜਿਹੜੀ ਆ ਇਹਨਾਂ ਨੇ ਟੈਸਟ ਆਪਣੇ ਤੌਰ ਦੇ ਉੱਪਰ ਕਰ ਦਿੱਤੇ ਗਏ ਨੇ ਪਰ ਵਜ੍ਹਾ ਇਹੀ ਹੈ ਕਿ ਕਹਿੰਦੇ ਨੇ ਕਿ ਅਪਰੂਵਲ ਜਿਹੜੀ ਆ ਅਜੇ ਤੱਕ ਸਰਕਾਰ ਦੇ ਵੱਲੋਂ ਨਹੀਂ ਦਿੱਤੀ ਗਈ ਪਰ ਜੇਕਰ ਕਹਿੰਦੇ ਨੇ ਕਿ ਸਰਕਾਰ ਅਪਰੂਵਲ ਦੇ ਦਿੰਦੀ ਹੈ ਪਿੰਡਾਂ ਪਿੰਡਾਂ ਦੇ ਵਿੱਚ ਇਹ ਮਸ਼ੀਨਾਂ ਲੱਗ ਜਾਂਦੀਆਂ ਨੇ ਤਾਂ ਨਾ ਤਾਂ ਕਿਸਾਨ ਨੂੰ ਅੱਗ ਲਾਉਣ ਦੀ ਲੋੜ ਪਏਗੀ ਸਗੋਂ ਪਰਾਲੀ ਦੇ ਕਿਸਾਨ ਨੂੰ ਪੈਸੇ ਦਿੱਤੇ ਜਾਣਗੇ ਔਰ ਜਿਹਦੇ ਵੱਲੋਂ ਮਸ਼ੀਨ ਲਾਈ ਜਾਏਗੀ ਤਾਂ ਉਹ ਇਹ ਕੋਲਾ ਬਣਾ ਕੇ ਪਰਾਲੀ ਤੋਂ ਜਿਹੜਾ ਬਾਹਰ ਵੇਚ ਸਕਦਾ ਤਾਂ ਸਾਰੇ ਪਾਸਿਓਂ ਫਾਇਦਾ ਹੀ ਫਾਇਦਾ ਜਿਹੜਾ ਉਹ ਜਾਪਦਾ ਤਾਂ ਅਜਿਹੇ ਪ੍ਰੋਜੈਕਟਾਂ ਦੇ ਉੱਪਰ ਜ਼ਰੂਰ ਸਰਕਾਰਾਂ ਨੂੰ ਜਿਹੜੀ ਆ ਉਹ ਗੌਰ ਕਰ